ਸਸਿਕਾਲ ਜੀ ਸਾਰਿਆਂ ਨੂੰ ਮੈਂ ਸ਼ਗਨ ਟਰਸਟ ਲਾਈਨ ਤੋਂ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਕੈਨੇਡਾ ਦੇ ਕਾਫੀ ਜ਼ਿਆਦਾ ਵੀਜ਼ਾ ਆ ਰਹੇ ਨੇ ਟੂਰਿਸਟ ਜਿਹੜਾ ਕਿ ਇਸ ਟਾਈਮ ਦਾ ਬੈਸਟ ਟਾਈਮ ਹੈ ਤੁਸੀਂ ਵਿਜ਼ਟਰ ਵੀਜ਼ਾ ਆਪਣਾ ਅਪਲਾਈ ਕਰ ਸਕਦੇ ਹੋ ਸਾਡੇ ਕੋਲ ਕੋਈ ਤੁਹਾਨੂੰ ਜ਼ਿਆਦਾ ਡਾਕੂਮੈਂਟੇਸ਼ਨ ਦੇਣ ਦੀ ਲੋੜ ਨਹੀਂ ਹੈ ਜੇਕਰ ਤੁਸੀਂ ਤੁਹਾਡਾ ਕੋਈ ਰਿਸ਼ਤੇਦਾਰ ਉੱਥੇ ਕੈਨੇਡਾ 'ਚ ਰਹਿੰਦਾ ਉਹ ਤੋਂ ਸਪੌਂਸਰ ਮੰਗਾ ਸਕਦੇ ਹੋ ਜੇ ਨਹੀਂ ਵੀ ਰਹਿੰਦਾ ਤਾਂ ਆਪਾਂ ਹੋਟਲ ਬੁਕਿੰਗ 'ਤੇ ਤੁਹਾਡਾ ਕੇਸ ਲਾ ਸਕਦੇ ਹਾਂ ਆਹ ਦੋ ਪਾਸਪੋਰਟ ਹੋਰ ਸਾਨੂੰ ਰਿਸੀਵ ਹੋਏ ਨੇ ਜੀ ਹੁਣੇ ਲੈ ਕੇ ਜੇ ਨਿਕਲੇ ਸੀਗੇ ਅਸੀਂ ਸੋ ਇਹਨਾਂ ਦੇ ਵੀ ਵਿਜ਼ਟਰ ਵੀਜ਼ੇ ਨੇ ਜਿਹੜੇ ਕਿ ਉਹ 15 ਤੋਂ 20 ਦਿਨਾਂ ਦੇ ਵਿੱਚ ਲੱਗੇ ਬਸ ਸਾਨੂੰ ਜਿਹੜੀ ਤੁਹਾਡੇ ਵੱਲੋਂ ਡਾਕੂਮੈਂਟੇਸ਼ਨ ਚਾਹੀਦੀ ਹੈ ਉਹ ਸਿਰਫ ਇਹੀ ਹੁੰਦੀ ਹੈ ਕਿ ਇੱਕ ਤਾਂ ਸਾਨੂੰ ਤੁਹਾਡੇ ITRs ਚਾਹੀਦੇ ਨੇ ਜਿਹੜੀਆਂ ਕਿ 3 ਹੋਣੀਆਂ ਬਹੁਤ ਜ਼ਿਆਦਾ ਜ਼ਰੂਰੀ ਨੇ ਜੇ ਕੋਈ ਟਰੈਵਲ ਹਿਸਟਰੀ ਹੈ ਤਾਂ ਵੀ ਠੀਕ ਹੈ ਅਦਰਵਾਈਜ਼ ਕੋਈ ਜ਼ਰੂਰਤ ਨਹੀਂ ਜੇਕਰ ਤੁਸੀਂ ਆਪਣੀ ਫੈਮਿਲੀ ਨਾਲ ਵੀਜ਼ਾ ਅਪਲਾਈ ਕਰਦੇ ਹੋ ਲਾਈਕ ਤੁਸੀਂ ਆਪਣੇ ਬੱਚੇ ਨਾਲ ਆਪਣੀ ਵਾਈਫ ਨਾਲ ਅਤੇ ਤੁਸੀਂ ਤਿੰਨੋਂ ਜਾਣੇ ਜਾਣਾ ਚਾਹੁੰਦੇ ਹੋ ਜਾਂ ਕਪਲ ਜਾਣਾ ਚਾਹੁੰਦਾ ਤਾਂ ਤੁਹਾਨੂੰ ਹੋਟਲ ਬੁਕਿੰਗ 'ਤੇ ਹੀ ਅਪਲਾਈ ਕਰਨਾ ਪਊਗਾ ਜੇਕਰ ਤੁਸੀਂ ਸਿੰਗਲ ਜਾਣਾ ਚਾਹੁੰਦੇ ਹੋ ਤਾਂ ਹੋਟਲ ਬੁਕਿੰਗ 'ਤੇ ਨਹੀਂ ਅਪਲਾਈ ਹੋਊਗਾ ਸਪੌਂਸਰ ਦੀ ਬਹੁਤ ਜ਼ਿਆਦਾ ਜ਼ਰੂਰਤ ਹੋਵੇਗੀ ਕੋਈ ਵੀ ਹੈਲਪ ਲੈਣੀ ਹੁੰਦੀ ਆ ਤੁਸੀਂ ਸਾਨੂੰ ਕਿਸੇ ਵੀ ਸਾਡੇ ਆਫਿਸ 'ਚ ਆ ਕੇ ਸੰਪਰਕ ਕਰ ਸਕਦੇ ਇਸ ਤੋਂ ਇਲਾਵਾ ਇਸ ਟਾਈਮ ਦਾ ਸਭ ਤੋਂ ਬੈਸਟ ਟਾਈਮ ਹੈ ਜਿਹੜਾ ਕਿ ਆਪਾਂ ਵਿਜ਼ਟਰ ਵੀਜ਼ਾ ਅਪਲਾਈ ਕਰ ਰਹੇ ਹਾਂ ਬੈਸਟ ਤੋਂ ਬੈਸਟ ਟਾਈਮ ਇਹੀ ਹੈ ਜਿਹਦੇ ਵਿੱਚ ਤੁਸੀਂ ਆਪਣਾ ਕੈਨੇਡਾ ਦਾ ਵੀਜ਼ਾ ਲੈ ਸਕਦੇ ਹੋ ਇਸ ਟਾਈਮ ਆਹ ਜਿਹੜਾ 2023 ਹੈ ਇਹ 'ਚ ਵਿਜ਼ਟਰ ਵੀਜ਼ਾ ਉਹਨੇ ਬਹੁਤ ਜ਼ਿਆਦਾ ਦੇਣੇ ਨੇ ਕੈਨੇਡਾ ਨੇ ਬਟ ਦੇਣੇ ਅੱਛੀਆਂ ਪ੍ਰੋਫਾਈਲਾਂ ਨੂੰ ਨੇ ਵਧੀਆ ਤਰੀਕੇ ਨਾਲ ਜੇ ਫਾਈਲ ਲੱਗੀ ਹੋਊਗੀ ਉਹਨੂੰ ਹੀ ਵਿਜ਼ਟਰ ਵੀਜ਼ਾ ਜਿਹੜਾ ਉਹ ਮਿਲੂਗਾ ਅਦਰਵਾਈਜ਼ ਨਹੀਂ ਮਿਲੂਗਾ ਕੋਈ ਹੋਰ ਜਾਣਕਾਰੀ ਲੈਣੀ ਹੁੰਦੀ ਹੈ ਸਾਨੂੰ ਕਾਲ ਕਰ ਸਕਦੇ ਹੋ ਥੈਂਕ ਯੂ